Κερδίσα, δηλαδή, Ράμψη, ούνα μεμούνα, Σέμψε, σαν και χρήματα πάγκο, οι ζαδρέοι. Την καμπνή βαρέ, Σέμψε, είναι φρεμαία και μεμούνα. Άντε τότε είναι να με φυζά, την νεοτήτερη ενία, το περιπάκ με την χρήματα καρδία. Άντε την μεμούνα, να σου μαουτρά, την σακάρα φυζά, فضا دے مانے نے چمکدار چاندی دی خالقن کرن نے فضا حضرت میمونہ نے صبح اٹھنا سب تو پہلے نبی پاک دے جوڑے صاف کرنے اس تو بعد پاک بی بی دی خدمت کر کے امام حسن حسین واسطے کھانے تیار کرنے انہوں نے حبش ملک چوں خط آیا کہ میمونہ ਤੂੰ ਸਾਡੀ ਸ਼ਹਿਨਸ਼ਾਹ ਹੋ ਕੇ ਸਾਡੀ ਸ਼ਹਿਨਸ਼ਾਹ ਛੱਡ ਕੇ ਮਦੀਨੇ ਵਾਲੇ ਸੈਦਾ ਤੇ ਜਾ ਕੇ ਬਰਤਨ ਧੋਣ ਲੱਗ ਪਏ ਉਹ ਤਾਂ ਤੈਨੂੰ ਕੀ ਮਿਲ ਗਿਆ ਤੇ ਸਰਕਾਰੇ ਮਹਿਮੂਨਾ ਆਉਂਦੇ ਨੇ ਆਓ ਲੋਕੋ ਕਿ ਤੁਹਾਨੂੰ ਦੱਸਾਂ ਕਿ ਮੈਨੂੰ ਮੁਹੰਮਦ ਮੁਸਤਫਾ ਦੇ ਕੋਲ ਤੁਸੀਂ ਮਿਲਿਆ ਕਿਤੇ ਸਾਈਆਂ Okay.
ਜਿਹੜੇ ਵੇਲੇ ਰੋਜ਼ਾ ਖੋਲਣ ਦਾ ਟਾਈਮ ਆਇਆ ਤੇ ਸਾਇਲ ਕਿਹੜਾ ਆ ਗਿਆ ਕਿ ਜਿਹਨੇ ਕਦੀ ਨਹੀਂ ਖਾਧਾ ਜਿਹਨੂੰ ਕਦੇ ਨਹੀਂ ਭੁੱਖ ਲੱਗੀ ਉਹਦਾ ਨਾਮ ਹੈ ਜਿਬਰੀਲ ਉਸ ਅੱਗੇ ਭਾਵੇਂ ਖਾਣਾ ਨਹੀਂ ਪਰ ਇਹਨਾਂ ਦੇ ਕੋਲੋਂ ਮੰਗਣਾ ਚਾਹੀਦਾ ਆ ਕਹਿੰਦੇ ਮਿਸਕੀਨ ਨਬੀ ਮੁਅੱਜ਼ਮ ਮੁਹੰਮਦ ਮੁਸਤਫਾ ਦੀ ਪਾਕ ਬੇੜੀ ਨੇ ਫਰਮਾਇਆ ਕਿ ਭੈਣ ਫਿਜ਼ਾ ਇਹ ਸਾਰਾ ਖਾਣਾ ਇਹਨੂੰ ਦੇ ਦਿਓ ਖਾਣਾ ਲੈ ਕੇ ਚਲਾ ਗਿਆ ਦੂਸਰੇ ਦਿਨ ਫਿਰ ਆਲੇ ਮੁਹੰਮਦ ਨੇ ਰੋਜ਼ਾ ਰੱਖਿਆ ਫਿਰ ਜਦੋਂ ਰੋਜ਼ਾ ਖੋਲਣ ਦਾ ਟਾਈਮ ਆਇਆ ਤੇ ਆ ਗਿਆ ਮੈਂ ਮੇਰੇ ਸਿਰ ਤੇ ਬਾਪ ਦਾ ਸਾਇਆ ਨਹੀਂ ਰਿਹਾ ਅੱਲਾ ਦੇ ਨਾਂ ਦਾ ਦਿਓ ਕੁਛ ਸੈਯਦੁਲ ਅੰਬੀਆ ਦੀ ਪਾਕ ਬੇਟੀ ਫਾਤਿਮਾ ਤੋਂ ਜ਼ਹਰਾ ਨੇ ਫਰਮਾਇਆ ਕਿ ਭੈਣ ਫਿਜ਼ਾ ਅੱਲਾ ਅੱਲਾ ਅੱਜ ਵੀ ਸਾਰਾ ਖਾਣਾ ਇਹਨੂੰ ਦੇ ਦਿਓ ਤੀਸਰੇ ਦਿਨ ਫਿਰ ਆਲੇ ਮੁਹੰਮਦ ਨੇ ਰੋਜ਼ਾ ਰੱਖਿਆ ਤੇ ਫਿਰ ਜਿਹੜੇ ਵੇਲੇ ਰੋਜ਼ਾ ਖੋਲਣ ਦਾ ਟਾਈਮ ਆਇਆ ਤੇ ਆ ਕਹਿੰਦੇ ਕੈਦੀ ਆ ਨਬੀਏ ਪਾਕ ਦੀ ਪਾਕ ਬੇਟੀ ਨੂੰ ਫਰਮਾਇਆ ਕਿ ਭੈਣ ਫਿਜ਼ਾ ਅੱਜ ਵੀ ਸਾਰਾ ਖਾਣਾ ਇਹਨੂੰ ਦੇ ਦਿਓ ਹਜ਼ਰਤ ਫਿਜ਼ਾ ਦੇ ਲੋਕੋ ਜਿਹੜੀਆਂ ਤਿੰਨ ਦਿਨ ਜਿਬਰੀਲ ਮੁਹੰਮਦ ਮੁਸਤਫਾ ਦੇ ਦਰ ਤੋਂ ਰੋਟੀਆਂ ਖੜਦੇ ਰਹੇ ਨਾ ਉਹ ਸਾਰੀਆਂ ਰੋਟੀਆਂ ਮੇਰੇ ਹੱਥਾਂ ਦੀਆਂ ਪੱਕੀਆਂ ਸਨ ਉਹਨਾਂ ਰੋਟੀਆਂ ਦੀ ਸ਼ਾਨ ਵਿੱਚ ਆਇਤਾਂ ਨਾਜ਼ਿਲ ਹੋਈਆਂ ਇੱਕ ਆਇਤ ਸੂਰਾ ਦਹਰ ਦੀ ਉਹ ਜਿਹੜੀ ਉਹਨਾਂ ਰੋਟੀਆਂ ਦੀ ਸ਼ਾਨ 'ਚ ਆਈ ਹੈ ਉਹ ਮੈਂ ਪੇਸ਼ ਕਰ ਰਿਹਾ ਅੱਲਾ ਪਾਕ ਫਰਮਾਉਂਦੇ ਨੇ ਕੁਰਾਨ ਪਾਕ ਵਿੱਚ ਜਦੋਂ ਮੈਨੂੰ ਮੇਰਾ ਜਾਂਦਾ ਇਸ ਦਰ ਤੇ ਜ਼ਿੰਦਗੀ ਸੈਰ